ਮਸ਼ਕੂਰ ਹਾਂ ਕਿ ਇਹਨਾਂ ਰੋਜ਼ਿਆਂ ਦੇ ਵਿੱਚ ਸਗੋਂ ਆਪਣੇ ਜੇਬ ਵਿੱਚੋਂ ਪਾਣੀ ਮੁਹੱਈਆ ਕੀਤਾ ਔਰ ਬਗੈਰ ਕਿਸੇ ਲਾਲਚ ਤੇ ਮੈਂ ਨਹੀਂ ਆਖਣਾ ਪਿਆ ਕਿ ਇਹਨਾਂ ਆਖਾਂ ਵੀ ਅਸਾਂ ਕੋ ਵੋਟ ਜਾਂ ਕਿਸੇ ਸ਼ੈ ਦੀ ਜ਼ਰੂਰਤ ਹੈ ਔਰ ਬਾਕੀ ਆ ਕੇ ਨਾ ਖੁਦ ਆਪੇ ਆਖਿਆ ਕਿ ਬਈ ਮੈਂ ਕੋਈ ਤੁਸਾਂ ਕੋਲ ਕੋਈ ਜ਼ਰੂਰਤ ਨਹੀਂ ਮੈਂ ਕੋ ਤੁਸੀਂ ਵੋਟ ਦਿਓ ਜਨਾ ਇਸ ਹਿਸਾਬ ਕਦੀ ਸੋਚੋ ਹੀ ਨਹੀਂ ਬਈ ਇਸ ਕਣ ਮੈਂ ਦੇਣਾ ਪਿਆ ਔਰ ਯਕੀਨ ਮੰਨੋ ਮੈਂ ਖੁਦ ਇਤਨਾ ਮੁਤਾਸਿਰ ਹੋਇਆ ਇਸ ਇਹਨਾਂ ਦੀ ਸ਼ਖਸੀਅਤ ਤੋਂ ਹਿਸਾਬ ਕਿਤਾਬ ਤੋਂ ਕਿ ਅਸਾਂ ਆਪ ਛੋਰ ਤਰੇ ਚਾਰ ਜਾਂ ਜਿਤਨੀ ਅਸੀਂ ਵਾਂ ਇੱਕ ਮੁਹਿੰਮ ਜਿਹੀ ਚਲਾਈ ਬਈ ਅਸੀਂ ਪਤਾ ਕਰਾਂ ਵੀ ਕੀ ਹਿਸਾਬ ਕਿਤਾਬ ਹੈ ਵੋਟਾਂ ਨਾਲ ਤੁਸੀਂ ਕਿਹੜੀ ਪਾਰਟੀ ਕੋਲ ਜਾਂ ਕੀ ਹਿਸਾਬ ਹੈ ਤੁਸੀਂ ਔਰ ਯਕੀਨ ਮੰਨੋ ਅਕਸਰੀਅਤ ਜਿਤਨੀ ਹੈ ਉਹਨਾਂ ਕਾ ਵੀ ਜਿਤਨੀ ਹੋਰ ਜਿਤਨੀ ਲੀਡਰ ਹਨ ਅਸਾਂ ਕੌਣ ਕਾਹੇ ਕੁਛ ਨਹੀਂ ਕੀਤਾ ਅੱਜ ਤੱਕ ਮੈਂ ਆਪਣੀ ਮਨ ਇਸ ਟਾਈਮ 27 ਸਾਲ ਉਮਰ ਹੈ ਔਰ ਅਸੀਂ ਮੁਖਤਲਿਫ ਲੀਡਰਾਂ ਕੋ ਵੋਟ ਦੇ ਰਹੇ ਹਰ ਟਾਈਮ ਦੇ ਰਹੇ ਔਰ ਅੱਜ ਤੱਕ ਇਸ ਹਿਸਾਬ ਤੁਹਾਡੇ ਸਾਹਮਣੇ ਵਾਣ ਤੁਸੀਂ ਚੱਲ ਕੇ ਆਓ ਨਾ ਇੱਥੇ ਸੜਕ ਹੈ ਨਾ ਇੱਥੇ ਬਿਜਲੀ ਹੈ ਕੁਛ ਹੈ ਨਹੀਂ ਹੈ ਔਰ ਬਲਕਿ ਸਭ ਤੋਂ ਜ਼ਿਆਦਾ ਇੱਥੇ ਜਿਹੜਾ ਮਸਲਾ ਹੈ ਨਾ ਉਹ ਪਾਣੀ ਦਾ ਹੈ ਅੱਛਾ ਪਾਣੀ ਅਸੀਂ ਦੀਆਂ ਔਰਤਾਂ ਯਕੀਨ ਮੰਨੋ ਅਸਾਡਾ ਘਰ ਉਤਲੀ ਸਾਈਡ ਉੱਥੋਂ 5-6 ਕਿਲੋਮੀਟਰ ਹੈ ਉੱਥੋਂ ਔਰਤਾਂ ਉੱਥੋਂ ਘਰੇ ਚਾ ਕੇ ਆ ਕੇ ਇੱਥੋਂ ਤੱਲੇ ਪਾਣੀ ਆਇਆ ਵਾਟਰ ਸਪਲਾਈ ਦਾ ਕੋਈ ਟੂਟੀ ਲੱਗੀ ਕਦੇ ਉਹ ਚੱਲਣੀ ਕਦੇ ਨਹੀਂ ਚੱਲਦੀ ਉਸ ਤੋਂ ਹੀ ਤੱਲੇ ਬਹਿਣਾ ਪਾਉਣਾ ਔਰ ਕਸਮ ਕਰਕੇ ਪਿਆ ਨਾ ਬਈ ਇਸ ਹਿਸਾਬ ਦੇ ਵਿੱਚ ਤੁਸੀਂ ਕੋਈ ਮੈਂ ਤੁਹਾਨੂੰ ਮੀਆਂ ਜ਼ਿਲ੍ਹਾ ਐਸਾ ਨਾ ਹੋ ਸੀ ਜਿੱਥੇ ਇਹ ਹਿਸਾਬ ਕਿਤਾਬ ਹੈ ਕੋਈ ਕਮ ਅਜ਼ ਕਮ ਸੜਕ ਪਾਣੀ ਜਾਂ ਕੁਛ ਹੈ ਤੋਂ ਨਹੀਂ ਨਾ ਲੇਕਿਨ ਅਸਾਂ ਕੋਲ ਨਾ ਸੜਕ ਚਾਹੀਦੀ ਨਾ ਕੋਈ ਸ਼ਹਿ ਨਹੀਂ ਚਾਹੀਦੀ ਸਿਰਫ ਇੱਕ ਮੁਤਾਲਬਾ ਕਿ ਖੁਦਾਰਾ ਅਸਾਂ ਕੋਲ ਇਹ ਪਾਣੀ ਦਾ ਹਿਸਾਬ ਤੁਸੀਂ ਹੱਲ ਕਰ ਦਿਓ ਤੁਹਾਡੀ ਬਹੁਤ ਮਿਹਰਬਾਨੀ ਹੋ ਸੀ ਔਰ ਗੱਲ ਕਿ ਹਰ 5 ਸਾਲ ਬਾਅਦ ਇਲੈਕਸ਼ਨ ਹੋਣ ਇਹਦਾ ਮੈਂ ਨਹੀਂ ਵਾਕਫ ਤੇ ਬਹਰਲ ਇਸ ਹਿਸਾਬ ਜਿਹੜਾ ਖੁਦ ਹੈ ਔਰ ਨਾ ਇੱਥੇ ਬਿਜਲੀ ਪਾਣੀ ਸਕੂਲ ਕੁਛ ਹੈ ਕੋਈ ਔਰ ਬੇਸ਼ੱਕ ਤੁਸੀਂ ਵਿਜਿਟ ਕਰ ਸਕਦੇ ਹੋ ਅਹਿਮਦ ਭਾਈ ਤਾਂ ਕਰੇਨੇ ਰਾਣੇ ਨਾ ਕੋ ਸਾਰਾ ਪਤਾ ਹਾਜੀ ਅਬਦੁੱਲਾ ਖਾਨ ਚੰਦ ਸਿਆਲ ਸਾਹਿਬ ਇਹਨਾਂ ਕੋਲ ਦੱਸਦੇ ਸਨ ਤੇ ਮਜ਼ੀਦ ਤੁਸੀਂ ਬੇਸ਼ੱਕ ਇੱਥੇ ਕੁਛ ਹੈ ਸਕੋ ਨਹੀਂ ਸਕੋ ਕੋਈ ਹੋਰ ਮੁਤਾਲਬਾ ਨਹੀਂ ਔਰ ਮੈਂ ਖੁਦ ਨਹੀਂ ਆਉਣਾ ਪਿਆ ਇੱਕ ਅਸਾਂ 8-10 ਬਲਕਿ ਪੂਰੇ ਮਹੀਨੇ ਤੱਕ ਮੁਹਿੰਮ ਚਲਾਈ ਆਪਾਂ ਲੜਕਾ ਔਰ ਹਰ ਬੰਦੇ ਕੋਲ ਜਾ ਕੇ ਪੁੱਛਿਆ ਬਈ ਅਸੀਂ ਜੇ ਵੋਟ ਅਸਾਂ ਹੱਕ ਆ ਮੰਗਣੇ ਨਾ ਇਹਨਾਂ ਕੋਲ ਹੱਕ ਕੇ ਬਈ ਅਸੀਂ ਕੀ ਮੁਤਾਲਬਾ ਕਰ ਸਕਦੇ ਹਾਂ ਅੱਛਾ ਉਹਨਾਂ ਨਹੀਂ ਆਖਿਆ ਬਿਜਲੀ ਪਾਣੀ ਸਕੂਲ ਇਹਨਾਂ ਤੱਕ ਦੂਰ ਦੀਆਂ ਗੱਲਾਂ ਨਾ ਯਾਨੀ ਕਿ ਪਾਣੀ ਜਿਹੜੀ ਜ਼ਰੂਰਤ ਜ਼ਿੰਦਗੀ ਹੈ ਅੱਛਾ ਇਹ ਨਹੀਂ ਤਾਂ ਸਰ ਕੁਛ ਹੀ ਨਹੀਂ ਹੈ ਠੀਕ ਹੈ ਤੇ ਹੁਣ ਯਕੀਨ ਮਰੋ ਸਾਡੇ ਬਾਹਰਲੇ ਜਿਹੜੇ ਬਾਹਰ ਸੇ ਨਾ ਪਾਣੀ ਨਦੀ ਨਾਲਾ ਨਾਲਾ ਉਹ ਪੀ ਲੈਂਦਾ ਔਰ ਉਹ ਅਗਰ ਨੀਅਰ ਹੀ ਖੁਦ ਮੈਂ ਬੰਚੇ ਬਾਟਰੀ ਚੈੱਕ ਕਰਵਾਇਆ ਉਹਨਾਂ ਆਖਿਆ ਜਿਤਨਾ ਜਲਦ ਹੋ ਸਕੇ ਪਾਣੀ ਤੁਸੀਂ ਛੋੜ ਦਿਓ ਔਰ ਜ਼ਹਿਨੀ ਮਰੀਜ਼ ਅਸਾਂ ਬਹੁਤ ਜ਼ਿਆਦਾ ਇਸੇ ਵਜ੍ਹਾ ਤੋਂ ਵੀ ਉਹ ਪਾਣੀ ਬਹੁਤ ਖੁਸ਼ ਕੇ ਪੀਣ ਦੇ ਕਾਬਿਲ ਹੀ ਨਹੀਂ ਹੈ ਲੇਕਿਨ ਅਸੀਂ ਕੀ ਕਰਾਂ ਮਜ਼ਬੂਰ ਹਾਂ ਤੇ ਅਸੀਂ ਇਤਨੇ ਤੇ ਆਪਣੇ ਹਿਸਾਬ ਹੀ ਜਿੰਨਾ ਅੱਜ ਅਸੀਂ ਖੁਦ ਆਪਣਾ ਇੰਤਜ਼ਾਮ ਕਰ ਸਕਾਂ ਸਿਰਫ ਅਸੀਂ ਇਹ ਹੱਕ ਸਿਰਫ ਜਿਹੜਾ ਵੋਟ ਹੈ ਜਿਹੜਾ ਦੇ ਕੇ ਅਸੀਂ ਆਖ ਸਕਦੇ ਹਾਂ ਵੀ ਅਸੀਂ ਇਹਨਾਂ ਕੋਲ ਮੁਤਾਬਾ ਕਰ ਸਕਦੇ ਹਾਂ ਵੀ ਖੁਦਾ ਰਾ ਅਸੀਂ ਤੇ ਤੁਸੀਂ ਥੋੜ੍ਹੀ ਜਿਹੀ ਗੱਲ ਕਰੋ ਪਾਣੀ ਨਾ ਮਸਲਾ ਹੱਲ ਕਰ ਦਿਓ ਇਸ ਇਲਾਵਾ ਅਸੀਂ ਹੋਰ ਕੁਝ ਹੀ ਨਾ ਚਾਹਾਂਗੇ ਔਰ ਇਨਸ਼ਾਅੱਲਾ ਮੇਰੀ ਦੁਆ ਹੈ ਜ਼ਰੂਰ ਜਿੱਤੇ ਖੁਦ ਸਰਵ ਹੀ ਕਰਕੇ ਮੈਂ ਇਹ ਨਹੀਂ ਕਹਿ ਰਿਹਾ ਕਿ ਭਈ ਮੈਂ ਕੋਈ ਨਾ ਕੋਈ ਖੁਸ਼ ਕਰਨ ਵਾਸਤੇ ਆਖਣਾ ਪਿਆ ਇਹ ਅਸੀਂ ਸਰਵੇ ਕੀਤਾ ਆਪਣੀ 3 ਕੌਮ ਵਾਲਾ ਸਿਟੀਆ ਡੋ ਗੰਜੇਰਾ ਵੇ ਡੋ ਬਲੋਚ ਔਰ ਡੋ ਮਿਲਾਰ ਹੈ ਅੱਛਾ ਅਕਸਰੀਅਤ ਮੈਕਸਿਮਮ ਜਿਹੜੇ ਬੰਦੇ ਨੂੰ ਆਖਾ ਬਈ ਭਾਈ ਅਹਿਮਦ ਸਾਹਿਬ ਜਿਹਦੇ ਕੰਮ ਕੀਤੇ ਨੇ ਪੂਰੇ ਇਲਾਕੇ ਨੂੰ ਨਿਚਾੜੇ ਕਹਿ ਵੀ ਨਹੀਂ ਕੀਤੇ ਅੱਛਾ ਇਹ ਅਸੀਂ ਤਵੱਕਕ ਕਰੇ ਨਾ ਇਨਸ਼ਾਅੱਲਾ ਅਸੀਂ ਦੀ ਜਿਤਨੀ ਉਮੀਦ ਆ ਜੇ ਜਿਹੜੀ ਅਸਾਂ ਤਵੱਕਕ ਇਹਨਾਂ ਨੇ ਪੂਰਾ ਕਰ ਸਕਦੇ ਔਰ ਇਨਸ਼ਾਅੱਲਾ ਜ਼ਰੂਰ ਉਤਰ ਸਕਦੇ ਕਿਉਂ ਅਸੀਂ ਇਹ ਅਸਮਾ ਚੁੱਕੇ ਔਰ ਭਾਈ ਅਹਿਮਦ ਤੋਂ ਮੈਂ ਪਰਸਨਲ ਤਰੀਕੇ ਨਾਲ ਖੁਦ ਜਾਣਾ ਕਿਉਂਕਿ ਇਸ ਦੇ ਗਵਾਡੀ ਨੂੰ ਕੰਮ ਕਰਨਾ ਹਰ ਟਾਈਮ ਮੈਂ ਇਹਨਾਂ ਨਾਲ ਤਾਂ ਬੜਾ ਜਜ਼ਬਾ ਸਾਡੇ ਨਾਲ ਇਸ ਤੋਂ ਵੱਧ ਗਿਆ ਕਿ ਕਿਉਂਕਿ ਕੁਛ ਤਾਂ ਨਾ ਅਸੀਂ ਹਿਸਾਬ ਕੀਤਾ ਨਾ ਬਾਕੀ ਅਸਾਂ ਕੋਲ ਕਿਸੇ ਕੁਝ ਹੀ ਨਹੀਂ ਦਿੱਤਾ ਔਰ ਆਪਣੇ ਖਰਚੇ ਤੋਂ ਨਾ ਤਰੇ ਕੋਮੋ ਕੋ ਟੈਂਕੀਆਂ ਪਾਣੀ ਨਾ ਹਰ ਰੋਜ਼ ਪਹੁੰਚਾਏ ਨੇ ਉੱਥੇ ਰੋਜ਼ਾ ਠੀਕ ਆ ਜੀ ਉਹ ਕੁਛ ਤਾਂ ਕੀਤਾ ਨਾ ਕਿਸੇ ਹਿਸਾਬ ਨਾਲ ਬਦਲਿਆ ਸਕੋ ਇਸ ਤੋਂ ਇਲਾਵਾ ਹੋਰ ਅਸਾਂ ਕੋਲ ਟੈਂਕੀ ਕੀਤਾ ਨਾ ਅਸਾਂ ਕੋਲ ਸਿਹਤ ਨਹੀਂ ਹਿਸਾਬ ਕਿਤਾਬ ਕੁਛ ਹੈ ਕੋਈ ਨਹੀਂ ਕਦੀ ਤੁਸੀਂ ਵਿਜ਼ਿਟ ਕਰੋ ਤੁਸੀਂ ਕੋਈ ਪਤਾ ਚੱਲ ਵਾਂਗੇ ਵੀ ਅਸੀਂ ਕਿਸ ਮਹਿਰੂਮ ਵਿੱਚ ਹਾਂ ਅਸਾਂ ਕੋਲ ਕੋਈ ਸ਼ਾਇ ਕੋਈ ਨਹੀਂ ਤੇ ਕੋਈ ਯਕੀਨ ਮੰਨੋ ਬਈ ਅਗਰ ਇੱਥੇ ਕੋਈ ਬੰਦਾ ਰਹੁ ਨਹੀਂ ਹਿਸਾਬ ਨਹੀਂ ਹਿਸਾਬ ਨਹੀਂ ਜੋ ਬਿਲੋ ਕਰੋ ਨਾ ਸੇ ਬੱਚੇ ਪੜ ਸਕਦੇ ਨਾ ਕੋਈ ਸਕੂਲ ਅਸੇ ਕੋਲ ਇੱਥੇ 3 ਕਿਲੋਮੀਟਰ ਦੂਰ ਹੈ ਔਰ ਕੁਲ ਪਹਾੜੀ ਰਸਤਾ ਬਈ ਕਰ ਜਾ ਕੋਈ ਸ਼ਰਾਬ ਕਿਤਾਬ ਦੇ ਤਾਂ ਮਿਹਰਬਾਨੀ ਹੈ ਅਸੀਂ ਮੁਖਤਸਰ ਰਖਣਾ ਜ਼ਿਆਦਾ ਟਾਈਮ ਅਸੀਂ ਨਾ ਜਾ ਕਰੇ ਨੇ ਤੇ ਬਾਕੀ ਉਹ ਤੁਸੀਂ ਅਸੇ ਛੋੜ ਦਿੱਤਾ ਤੇ ਇਨਸ਼ਾਅੱਲਾ ਇਸ ਦਫਾ ਜਿੱਤੀ ਹੈ 3 ਕੋਮਾਂ ਬਹੁਤ ਅਸੀਂ ਆ ਗਈ ਹੈ ਅਹਿਮਦ ਸਾਹਿਬ ਦੀ ਰਸਾਂ ਸਾਹਿਬ ਮੈਂ ਵੀ ਸਾਹਮਣੇ ਨਾਲ ਦੱਸ ਵੀ ਗਿਆ
ये सब तो वड्डा मसला से पानी ना इतने छोटे छोटे डोबे बनवाए हैं। मैं आप